ਜਿਹੜੀ ਗੱਲ ਦਾ ਡਰ ਸੀਗਾ ਉਹੀ ਹੋ ਗਈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 3 ਤਰੀਕ ਨੂੰ ਸੰਗਰੂਰ ਵਿਖੇ ਇੱਕ ਵੱਡੀ ਰੈਲੀ ਕੀਤੀ ਗਈ ਸੀ ਭਾਣੇ ਸਿੱਧੂ ਨੂੰ ਰਿਹਆ ਕਰਵਾਉਣ ਲਈ ਤੇ ਭਗਵੰਤ ਮਾਨ ਦੀ ਰਿਹਾਈ ਸਿਕੋਠੀ ਨੂੰ ਘੇਰਾ ਪਾਇਆ ਗਿਆ ਸੀ ਉੱਥੇ ਪੁਲਿਸ ਨਾਲ ਸਮਝੌਤਾ ਹੋਇਆ ਸੀ ਕਿ 10 ਤਰੀਕ ਨੂੰ ਭਾਣੇ ਸਿੱਧੂ ਨੂੰ ਸਾਢੇ ਦਿੱਤਾ ਜਾਊਗਾ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਡਰ ਜ਼ਰੂਰ ਸੀਗਾ ਕਿ ਭਾਣੇ ਸਿੱਧੂ ਨੂੰ 10 ਤਰੀਕ ਨੂੰ ਰਿਹਾਰ ਨਹੀਂ ਕਰਨਗੇ ਪਰ ਉੱਥੇ ਹੁਣ ਆਪਾਂ ਤੁਹੁੰਦਾ ਜੀ ਕਿ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪਾਣੇ ਸਿੱਧੂ ਦੇ ਸਾਥੀ ਲੱਖਾ ਸਧਾਨਾ ਤੇ ਪਾਣੇ ਸਿੱਧੂ ਦਾ ਭਰਾ ਆਮਣਾ ਚੇਅਰਮੈਨ ਤੇ ਪਾਣੇ ਸਿੱਧੂ ਦੀ ਸਾਰੀ ਫੈਮਲੀ ਜਿਹਦੇ ਵਿੱਚ ਉਸਦੇ ਮਾਤਾ ਪਿਤਾ ਤੇ ਉਸਦੀ ਭੈਣ ਤੇ ਉਸਦੇ ਪਿੰਡ ਦੇ ਸਰਪੰਚ ਸੱਲ ਮਲਾ ਕੇ 17 ਲੋਕਾਂ ਦੇ ਉੱਪਰ ਪਰਚਾ ਜਿਹੜਾ ਕਿ ਉਹ ਦਰਜ ਹੋ ਚੁੱਕਿਆਗਾ ਧਨੌਲਾ ਥਾਣੇ ਦੇ ਵਿੱਚ ਤੇ ਇੱਥੇ ਆਪਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਉੱਪਰ ਆ ਜਿਹੜਾ ਕਿ 12 ਅਲੱਗ-ਅਲੱਗ ਧਾਰਾਂ ਲਾਈਆਂ ਗਈਆਂ ਨੇ ਜਿਸ ਨੂੰ ਦੇਖਦੇ ਲੋਕ ਕਣ ਜਿਹੜੇ ਕਿ ਹੁਣ ਹੱਕੇ-ਵੱਕੇ ਰਹਿ ਗਏ ਨੇ ਕਿ ਇਹ ਕੀ ਹੋ ਗਿਆ ਕਿ ਹੁਣ ਲੱਖਾ ਸਧਾਨਾ ਨੇ ਦੀ ਵੀ ਜਿਹੜੀ ਕਿ ਗ੍ਰਿਫਤਦਾਰੀ ਹੈ ਜਿਹੜੀ ਕਿ ਉਹ ਜ ਸਵਾਲ ਨੇ ਕਿ ਹੁਣ ਭਾਂਡੇ ਸਿੱਧੂ ਦੀ ਰਿਹਾਈ ਹੈ ਜਿਹੜੀ ਕਿ ਉਹ ਨਹੀਂ ਹੋਵੇਗੀ ਤੇ ਇਹ ਪਰਚਾ ਜਿਹੜਾ ਕਿ ਤਾਂ ਕਰਕੇ ਪਿਆ ਕਿ ਇਹਨਾਂ ਨੇ ਨੈਸ਼ਨਲ ਹਾਈਵੇ ਘੇਰਿਆਗਾ ਕਿਉਂਕਿ ਬੜਬਰ ਵਾਲਾ ਜੋ ਟੋਲ ਪਲਾਜ਼ਾ ਸੀਗਾ ਉਹ ਰੋਕਿਆ ਗਿਆ ਸੀਗਾ ਤੇ ਇਹਨਾਂ ਦੇ ਚੱਲਦੇ ਹੀ ਇਹਨਾਂ ਦੇ ਉੱਪਰ ਪਰਚੇ ਪਾਏ ਗਏ ਨੇ ਕਿ ਇਹਨੇ ਮਾਹੌਲ ਚਾਲਾ ਜਿਹੜਾ ਕਿ ਉਹ ਖਰਾਬ ਕੀਤਾਗਾ ਬਾਕੀ ਤੁਹਾਨੂੰ ਕੀ ਲੱਗਦਾ ਤੁਸੀਂ ਕੀ ਸੋਚਦੇ ਇਨਾਂ ਗੱਲਾਂ ਬਾਰੇ ਕਿ ਹੁਣ ਭਾਂਡੇ ਸਿੱਧੂ ਦੀ ਰਿਹਾਈ ਹੋਵੇਗੀ ਜਾਂ ਨਹੀਂ ਹੋਵੇਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੇ ਕਰਨੇ ਰੱਬ ਰਾਖਾ